ਹਾਂਜੀ ਉਦੋਂ ਕੋਈ ਅਲਰਟ ਨਹੀਂ ਸੀਗਾ ਇਹਨਾਂ ਦਾ, ਉਦੋਂ ਤਾਂ ਸਿਰਫ ਐਂ ਵੀ ਬਾਰਿਸ਼ ਦਾ ਪਾਣੀ ਹੈ, ਬਾਰਿਸ਼ ਦਾ ਪਾਣੀ ਕਰਕੇ ਕਾਫੀ ਝੋਨੇ ਤੱਕ ਪਾਣੀ ਉਦੋਂ ਵੀ ਪਹੁੰਚ ਗਿਆ ਸੀਗਾ। ਹੁਣ ਤਾਂ ਅਲਰਟ ਜਾਰੀ ਕੀਤਾ, ਹੁਣ ਦੇਖੋ ਹੁਣ ਕੀ ਹੁੰਦਾ। ਡਰ ਬਹੁਤ ਹੈ ਜੀ, ਫਸਲਾਂ ਉੱਤੇ ਪੈਸੇ ਲੱਗੇ ਨੇ, ਪਿੱਛੇ ਸੰਦ ਪਏ ਨੇ, ਪੁਰਾਣੇ ਮਾੜੇ ਚੰਗੇ ਘਰ ਵੀ ਹੈਗੇ ਨੇ ਲੋਕਾਂ ਦੇ। ਹੁਣ ਢਾਗ ਇਹ ਪ੍ਰਸ਼ਾਸਨ ਤੇ ਆਵਾਜ਼ ਦੇਤੀ ਪਿੱਛੇ ਜਗ੍ਹਾ ਚਲੇ ਜਾਓ, ਹੁਣ ਤਾਂ ਜਾਣ ਵਾਲਿਆਂ ਸੋਚਣਾ ਵੀ ਜਾਣਾ ਕਿੱਥੇ। ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਫਲੱਡ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਔਜ ਦਰਿਆ ਦੇ ਵਿੱਚ ਅੱਜ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਕਰੀਬ ਕੁਝ 2 ਘੰਟਿਆਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਵੇਗਾ। ਉਦੋਂ ਹੀ ਇਸ ਅਲਰਟ ਸਦਕਾ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਕੰਢੇ ਤੇ ਵਸੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਸਪੀਕਰ ਰਾਹੀਂ ਲੋਕਾਂ ਨੂੰ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ ਕਿ ਦਰਿਆ ਦੇ ਨੇੜੇ ਇਲਾਕੇ ਖਾਲੀ ਕੀਤੇ ਜਾਣ ਅਤੇ ਰਾਵੀ ਦਰਿਆ ਨੇੜਲੇ ਡੇਰਿਆਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਸੁਰੱਖਿਅਤ ਸਥਾਨਾਂ ਵੱਲ ਚਲੇ ਜਾਣ। ਨੁਕਸਾਨ ਤਾਂ ਬਹੁਤ ਜ਼ਿਆਦਾ ਜੀ, ਜੋ ਜੋ ਪਾਣੀ ਆਉਂਦਾ ਹੁਣ ਅੱਜ ਦਾ ਆ, ਝੋਨੇ ਝਾਨੇ ਦੱਬੇ ਜਾਂਦੇ ਨੇ, ਕੁਛ ਮਾਰੇ ਜਾਂਦੇ ਨੇ, ਗਲ ਜਾਂਦੇ ਨੇ, ਜਿਹੜੇ ਕਮਾਲ ਨੀਵੇਂ ਥਾਂ ਸਾਡੇ ਉਹ ਵੀ ਮਾਰੇ ਜਾਂਦੇ ਨੇ। ਮੇਰਾ ਆਪਣਾ ਗੰਨਾ 6-7 ਕਿੱਲੇ ਦਾ ਉਹ ਮਾਰੇ ਜਾਂਦਾ, ਜਿਹੜਾ ਨੀਵੇਂ ਥਾਂ ਗੰਨੇ ਜਿਹੜੇ ਝੋਨੇ ਨੇ ਮਾਰੇ ਜਾਣੇ ਨੇ, ਮੋਟਰਾਂ ਭੇਜੀ ਜਾਣੀਆਂ ਸੀ ਜੀ, ਅਤੇ ਨੁਕਸਾਨ ਤਾਂ ਬਹੁਤ ਜ਼ਿਆਦਾ। ਪ੍ਰਸ਼ਾਸਨ ਤਾਂ ਤੁਹਾਨੂੰ ਪਤਾ ਕਿੰਨਾ ਸਾਥ ਦਿੰਦਾ, ਕੋਈ ਸਾਥ ਨਹੀਂ ਦਿੰਦਾ, ਇਹਦੇ ਆਪਣੇ ਸਿਰ ਬਸੇਰੀ ਹੈ ਜੋ ਅਸੀਂ ਕਰਨੇ ਕਰੀਦਾ। ਸਾਜ ਦਾ ਜੀ ਕੇਸ ਤਾਂ ਪਹਿਲੀਆਂ ਤਾਰੋਂ ਪਾਰ ਦੀਆਂ ਅੜੀਆਂ ਨੇ, ਹੁਣ ਉਹ ਪੈਸਾ ਨਹੀਂ ਕੋਈ ਮਿਲ ਰਿਹਾ ਸਰਕਾਰ ਦਾ, ਆਖਦੇ 1 ਕਿਸ਼ਤ ਆ ਗਈ ਹੈ, 2 ਆ ਗਈਆਂ, ਮਿਲ ਜਾਂਦੀ ਪਰ ਸਾਨੂੰ ਉਹ ਨਹੀਂ ਮਿਲਣੀ। ਜੇ ਸਾਡੀ ਪਿੱਛੇ ਗਰਿਆਂ ਦੀ ਗਰਦਾਵਰੀ ਕੀਤੀ ਸੀ, ਸਾਨੂੰ ਉਹ ਪੈਸਾ ਅਜੇ ਤੱਕ ਨਹੀਂ ਮਿਲਿਆ, ਗਰਦਾਵਰੀਆਂ ਹੋ ਗਈਆਂ ਸੀ, ਇਸ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ। ਉੱਥੇ ਇਸ ਅਲਰਟ ਤੋਂ ਬਾਅਦ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ 3 ਦਿਨ ਪਹਿਲਾਂ ਵੀ ਉਹਨਾਂ ਦੀਆਂ ਫਸਲਾਂ ਦੇ ਵਿੱਚ ਦਰਿਆ ਦਾ ਪਾਣੀ ਆਇਆ ਸੀ, ਜਦਕਿ ਉਦੋਂ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ, ਪਰ ਹੁਣ ਜਿਵੇਂ ਸੂਚਨਾ ਹੈ ਤਾਂ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ, ਜਿਸ ਨਾਲ ਉਹਨਾਂ ਦੀ ਇਸ ਇਲਾਕੇ ਵਿੱਚ ਜੋ ਹਜ਼ਾਰਾਂ ਏਕੜ ਫਸਲ ਹੈ ਉਹ ਖਰਾਬ ਹੋ ਜਾਵੇਗੀ। ਪਾਣੀ ਤਾਂ ਸਾਰੇ ਫਿਰ ਗਏ, ਅੱਗੇ ਏਕੜਾਂ ਜਿਹੜਾ ਹੋਣਾ ਨਾ ਪਰਸੋਂ, ਉਦੋਂ ਸਾਰੇ ਫਿਰ ਗਿਆ ਪਾਣੀ, ਅਤੇ ਅੱਜ ਹੁਣ ਜਾਣਕਾਰੀ ਮਿਲੀ ਇਹਦੇ ਜ਼ਬਰਦਸਤ ਕਹਿਣ ਦੇ, ਬਹੁਤ ਤਗੜਾ ਪਾਣੀ, ਅਦੋਂ ਆਪਣਾ ਸਮਾਨ ਸਮੂਹ ਸਾਂਭ ਲਓ, ਉਦੋਂ ਡੇਰੇ ਡੋਰੇ ਸਾਂਭ ਲਓ, ਇੱਦਾਂ ਕਰਕੇ ਕਹਿੰਦੇ ਫਸਲ ਵੱਧ ਹੈ। ਹਾਂਜੀ ਫਸਲ ਦਾ ਡਰ ਹੈ, ਫਸਲ ਮਾਰੀ ਆ ਤਾਂ ਫਿਰ ਕੰਮ ਨੁਕਸਾਨ ਹੈ, ਬਹੁਤ ਤਗੜੀ ਆ। ਹਾਂਜੀ ਮਾਲ ਬਹੁਤ ਤਗੜੀ ਆ, ਗੰਨਾ ਗੁੰਨਾ ਸਾਰਾ ਦੱਬਿਆ ਜਾਂਦਾ, ਜਦੋਂ ਮਲ ਮੁਲ ਪੈਂਦੀ ਦਰਿਆ 'ਚ ਨਿਕਲ ਕੇ ਰੇਤਾ ਪੈਂਦਾ, ਉਹ ਸਾਰਾ ਦੱਬਿਆ ਜਾਂਦਾ, ਝੋਨਾ ਦੱਬਿਆ ਜਾਂਦਾ, ਕੰਮ ਨੁਕਸਾਨ ਹੋ ਜਾਂਦਾ। ਉੱਥੇ ਕਿਸਾਨਾਂ ਨੇ ਕਿਹਾ ਕਿ ਵਾਰ ਵਾਰ ਬਰਸਾਤ ਕਾਰਨ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ, ਖੜੀ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਸਰਕਾਰ ਮੁਆਵਜ਼ਾ ਵੀ ਨਹੀਂ ਦਿੰਦੀ। ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਹਾਲਾਤ ਤੁਸੀਂ ਦੇਖ ਹੀ ਰਹੇ ਹੋ ਜੀ, ਅਲਰਟ ਜਿਹੜਾ ਸੀਗਾ ਸਵੇਰੇ ਗੁਰਦੁਆਰਿਆਂ ਵਿੱਚ ਅਨਾਊਂਸਮੈਂਟਾਂ ਹੋਈਆਂ ਨੇ, ਤਹਿਸੀਲਦਾਰ ਸਾਹਿਬ ਨੇ ਫੋਨ ਕੀਤੇ ਨੇ ਕਿ ਆਪੋ ਆਪਣੇ ਸਮਾਨ ਜਿਹੜੇ ਨੇ ਉਹ ਚੁੱਕ ਕੇ ਉੱਚੇ ਥਾਵਾਂ 'ਤੇ ਕਰ ਲਓ, ਪਾਣੀ ਦਾ ਪੱਧਰ ਥੋੜ੍ਹਾ ਜਿਹਾ ਅੱਗੇ ਨਾਲੋਂ ਵਾਧਾ ਨਜ਼ਰ ਆਉਣ ਡਿਆ, ਹੌਲੀ ਹੌਲੀ ਦਰਿਆ ਜਿਹੜਾ ਵੱਧਦਾ ਪਿਆ ਹੈ ਜ਼ਮੀਨਾਂ ਦੇ ਵਿੱਚ। ਪਹਿਲਾਂ ਵੀ 3 ਦਿਨ ਤੋਂ ਪਹਿਲਾਂ ਵੀ ਕਮਾਦ ਜਿਹੜੇ ਨੇ ਉਹ ਡੁੱਬੇ ਨੇ, ਝੋਨੇ ਵੀ ਡੁੱਬੇ ਨੇ, ਅਤੇ ਹੁਣ ਵੀ ਮੋਟਰਾਂ ਖੋਲ੍ਹ ਕੇ ਪਿੱਛੇ ਕਰਕੇ ਆਏ ਹਾਂ, ਉੱਚੇ ਥਾਂ 'ਤੇ ਕਰਕੇ ਆਏ ਹਾਂ, ਵੇਖੋ ਅੱਗੋਂ ਹੁਣ ਇਹ ਦਰਿਆ ਜਿਹੜਾ ਇਹ ਰਾਤ ਤੱਕ ਭਰੂਗਾ, ਵੇਖੋ ਕਿੰਨਾ ਕੁ ਨੁਕਸਾਨ ਕਰਕੇ ਜਾਂਦਾ ਇਸ ਵਾਰੀ। ਹਾਂਜੀ ਉਦੋਂ ਕੋਈ ਅਲਰਟ ਨਹੀਂ ਸੀਗਾ ਇਹਨਾਂ ਦਾ, ਉਦੋਂ ਤਾਂ ਸਿਰਫ ਐਂ ਵੀ ਬਾਰਿਸ਼ ਦਾ ਪਾਣੀ ਹੈ, ਬਾਰਿਸ਼ ਦਾ ਪਾਣੀ ਕਰਕੇ ਕਾਫੀ ਝੋਨੇ ਤੱਕ ਪਾਣੀ ਉਦੋਂ ਵੀ ਪਹੁੰਚ ਗਿਆ ਸੀਗਾ, ਹੁਣ ਤਾਂ ਅਲਰਟ ਜਾਰੀ ਕੀਤਾ, ਹੁਣ ਦੇਖੋ ਹੁਣ ਕੀ ਕਰਦਾ। ਡਰ ਬਹੁਤ ਹੈ ਜੀ, ਫਸਲਾਂ ਉੱਤੇ ਪੈਸੇ ਲੱਗੇ ਨੇ, ਪਿੱਛੇ ਸੰਦ ਪਏ ਨੇ, ਪੁਰਾਣੇ ਮਾੜੇ ਚੰਗੇ ਘਰ ਵੀ ਹੈਗੇ ਨੇ ਲੋਕਾਂ ਦੇ। ਹੁਣ ਢਾਗ ਇਹ ਪ੍ਰਸ਼ਾਸਨ ਤੇ ਆਵਾਜ਼ ਦੇਤੀ ਪਿੱਛੇ ਜਗ੍ਹਾ ਚਲੇ ਜਾਓ, ਹੁਣ ਤਾਂ ਜਾਣ ਵਾਲਿਆਂ ਸੋਚਣਾ ਵੀ ਜਾਣਾ ਕਿੱਥੇ, ਡਰ ਤਾਂ ਜ਼ਰੂਰ ਹੈਗਾ ਜੀ। ਹੁਣ ਵੇਖਣਾ ਹੋਵੇਗਾ ਕਿ ਜੇਕਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਫਲੱਡ ਆ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਸਰਕਾਰ ਲੋਕਾਂ ਦੀ ਕੁਝ ਸਹਾਇਤਾ ਕਰਦੀ ਹੈ ਜਾਂ ਫਿਰ ਨਹੀਂ। D5 ਚੈਨਲ ਪੰਜਾਬੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ, ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com, ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।